ਸਵਿਟਜ਼ਰਲੈਂਡ ਅਜਿਹਾ ਦੇਸ਼ ਹੈ ਜਿਹਨੂੰ ਵੇਖ ਕੇ ਹਰ ਕੋਈ ਸੋਚਦਾ ਹੈ ਕਿ ਮੇਰਾ ਦੇਸ਼ ਵੀ ਅਜਿਹਾ ਹੋਣਾ ਚਾਹੀਦਾ ਹੈ। ਸਵਿਟਜ਼ਰਲੈਂਡ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਕੋਈ ਦੇਸ਼ ਕਿਉਂ ਜੈ ਹੋਣਾ ਚਾਹੀਦਾ ਤੇ ਕਿਉਂ ਜੈ ਹੋ ਸਕਦਾ ਹੈ। ਜੋ ਹਰ ਕਿਸੇ ਵੱਲੋਂ ਚਾਇਆ ਜਾਂਦਾ ਹੈ ਉਹ ਸਭ ਕੁਝ ਸਵਿਟਜ਼ਰਲੈਂਡ 'ਚ ਹੈ। ਅਸੀਂ ਜਿਹੜੇ ਸੁਪਨੇ ਵੇਖਦੇ ਹਾਂ ਉੱਥੇ ਹਕੀਕਤ ਹਨ। ਇੱਥੋਂ ਦਾ ਦੁੱਧ ਅਸਲੀ ਦੁੱਧ ਹੈ। ਇੱਥੋਂ ਦੀ ਹਵਾ ਅਸਲੀ ਹਵਾ ਹੈ। ਅਸਲੀ ਹਵਾਉ ਹੈ ਜੋ ਇੱਥੇ ਹੈ। ਇਤੋਂ ਦਾ ਵਾਤਾਵਰਨ ਅਜਿਹਾ ਜਿਹੜਾ ਨਵੀਆਂ ਸੱਜਰੀਆਂ ਮੌਲਿਕ ਵੱਡੀਆਂ ਕਲਿਆਣਕਾਰੀ ਸੋਚਾਂ ਲਈ ਸਹਾਇਕ ਹੁੰਦਾ ਹੈ ਜਿਨ੍ਹਾਂ ਕਟਨਾਵਾਂ ਦੇ ਸਮਾਚਾਰਾਂ ਨਾਲ ਸਾਰੇ ਸਾਡੇ ਅਖਬਾਰ ਭਰੇ ਹੁੰਦੇ ਹਨ ਉਹ ਇੱਥੇ ਵਾਪਰਦੀਆਂ ਹੀ ਨਹੀਂ ਇਸੇ ਕਰਕੇ ਤੁਸੀਂ ਕਦੇ ਸਵਿਟਜ਼ਰਲੈਂਡ ਬਾਰੇ ਕੋਈ ਭੈੜੀ ਖਬਰ ਨਹੀਂ ਪੜੋਗੇ ਸੋਹਣੀਆਂ ਤਸਵੀਰਾਂ ਹੀ ਵੇਖੋਗੇ ਇੱਥੇ ਯੁੱਧ ਬਾਰੇ ਕਦੇ ਨਹੀਂ ਸੋਚਿਆ ਜਾਂਦਾ ਇਹ ਸੰਸਾਰ ਦਾ ਇੱਕਾਤਰ ਜਿਹਾ ਦੇਸ਼ ਹੈ ਜਿੱਥੇ ਫੌਜ ਹੈ ਹੀ ਨਹੀਂ ਇਹ ਝੀਲਾਂ ਦਾ ਦੇਸ਼ ਹੈ ਇੱਥੇ ਹਰ ਕੋਈ ਕਿਸੇ ਝੀਲ ਦੇ ਕਿਨਾਰੇ ਰਹਿੰਦਾ ਹੈ ਇਹ ਸਿਆਣਾ ਦੇਸ਼ ਹੈ ਜਿੱਥੇ ਸੂਝ ਦਾ ਰਾਜ ਹੈ ਇੱਥੇ ਕੋਈ ਫੜਾ ਨਹੀਂ ਮਾਰਦਾ ਇੱਥੇ ਝਗੜੇ ਨਹੀਂ ਉਪਜਦੇ ਜੇ ਜਾ ਸਕੋ ਤੇ ਇੱਕ ਵਾਰੀ ਜ਼ਰੂਰ ਜਾਣਾ ਧੰਨਵਾਦ